पंजाब के मुख्यमंत्री भगवंत सिंह मान ने केंद्र सरकार पर पंजाब की राज्य सरकार के अपमान का आरोप लगाया है। पंजाब विधानसभा में मुख्यमंत्री ने कहा कि राज्य के प्रोजेक्ट से जुड़े कार्यक्रमों में चुनी हुई राज्य सरकार को नजरअंदाज कर पंजाब के लोगों के जनादेश का अपमान किया जा रहा है। साडे वल्लों कोई इस तरह की कमी नहीं छड़ी जा रही सरकार के तौर पर कि जिदे च लोगों को कोई सहूलत मिलन च मेरे साइन ना करके कोई फाइल लटकी पई रह जे जां मेरे को टाइम ना होवे ते कोई पुड़दा तो घट नहीं रुक जे। मैं हमेशा साडे मंत्री साहबान ने जां कोई एमएलए साहबान ने जो कहिंदे ने जी साडे एक सड़क है जां साडे पुल है जां साडे कोई नवा क्लीनिक बने है जां कुछ उहदा तुसीं उद्घाटन कर दो। मैं उह कहना कि जिहड़े लोड़वंद ने जे सड़क का उद्घाटन करवाउणा जिहड़े उह सड़क ते रिक्शा चलाउंदे ने ਜਾਂ ਜਿਹੜੇ ਓਵਰਬ੍ਰਿਜ ਨੂੰ ਪਾਰ ਕਰਕੇ ਆਟੋ ਰਿਕਸ਼ਾ ਵਾਲਿਆਂ ਨੂੰ ਫਾਇਦਾ ਹੋਊਗਾ ਕਿ ਪਹਿਲਾਂ ਕਿਧਰੇ ਹੋਰ ਦੀ ਜਾਂਦੇ ਸੀ ਜਾਮ ਲੱਗਦੇ ਸੀ ਹੁਣ ਜ਼ਿਆਦਾ ਈਜ਼ੀ ਹੋ ਗਿਆ ਅਤੇ ਉਹਨਾਂ 'ਤੇ ਉਦਘਾਟਨ ਕਰਾ ਲਓ। ਮੈਂ ਕਦੇ ਲੰਘਦਾ ਵੜਦਾ ਫਿਰ ਆ ਜੂੰਗਾ ਕਿਉਂਕਿ ਪਹਿਲਾਂ ਵੀ ਦੇਖਿਆ ਗਿਆ ਕਿ ਕਈ ਵਾਰੀ ਦੋ ਦੋ ਉਦਘਾਟਨ ਵੀ ਕਰ ਦਿੰਦੇ ਸੀਗੇ ਕਿ ਇੱਕ ਜਣਾ ਉਹ ਕਰ ਗਿਆ ਉਹ ਕਹਿੰਦਾ ਮੈਂ ਕਰੂੰਗਾ ਉਹ ਕਹਿੰਦਾ ਮੈਂ ਕਰੂੰਗਾ ਮਤਲਬ ਕ੍ਰੈਡਿਟ ਵਾਰ। ਸਵੇਰੇ ਟੀ ਵੀ 'ਤੇ ਪਤਾ ਲੱਗਿਆ ਕਿ ਸ਼ੰਭੂ ਤੋਂ ਲੁਧਿਆਣੇ ਤੱਕ ਸਾਹਨੇਵਾਲ ਤੱਕ 7 ਰੇਲਵੇ ਸਟੇਸ਼ਨਾਂ ਦਾ ਅਪਗ੍ਰੇਡੇਸ਼ਨ ਹੋਣਾ ਤਾਂ ਓਬੀਅਸਲੀ ਰੇਲਵੇ ਸੈਂਟਰ ਨਾਲ ਰਿਲੇਟਡ। ਪੰਜਾਬ ਸਰਕਾਰ ਨੂੰ ਕੋਈ ਸੱਦਾ ਨਹੀਂ ਦਿੰਦੇ ਜੀ, ਵਰਚੁਅਲੀ ਪ੍ਰਧਾਨ ਮੰਤਰੀ ਜੀ ਉੱਥੋਂ ਕਰ ਰਹੇ ਨੇ ਅਤੇ ਰਾਜਪਾਲ ਸਾਹਿਬ ਗਵਰਨਰ ਸਾਹਿਬ ਉੱਥੇ ਖੰਨੇ ਬੈਠੇ ਨੇ ਚੀਫ ਗੈਸਟ। ਮਤਲਬ ਕਿ ਨਵਾਂ ਪਾਵਰ ਸੈਂਟਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਾਂ ਫਿਰ ਪੈਸਾ ਉਹ ਹੈ ਉਹ ਜਾਂ ਪੈਸਾ ਉਹ ਹੈ ਉਹ ਜਿਹੜਾ ਇੱਕ ਮਿੰਟ ਪ੍ਰਗਟ ਜੀ ਮੈਨੂੰ ਬੋਲ ਲੈਣ ਕਿ ਜਿਹੜਾ ਪੰਜਾਬ ਨੇ ਨਹੀਂ ਦਿੱਤਾ ਟੈਕਸ ਦਾ ਪੈਸਾ ਤਾਂ ਪੰਜਾਬ ਦਾ ਵੀ ਗਿਆ। ਇਹਨੂੰ ਇਹ ਕਿਉਂ ਸਮਝਿਆ ਜਾ ਰਿਹਾ ਕਿ ਇਹਦੇ ਵਿੱਚ ਪੰਜਾਬ ਸਰਕਾਰ ਨਹੀਂ ਵਿੱਚ ਆਊਗੀ ਜਾਂ ਕੋਈ ਮੰਤਰੀ ਜਾਂ ਉੱਥੇ ਨਾਅਰੇ ਲੱਗਣ ਲੱਗ ਜਾਂਦੇ ਆ ਜੀ, ਉੱਥੇ ਬੀਜੇਪੀ ਉਹਨੂੰ ਆਪਦਾ ਪ੍ਰੋਗਰਾਮ ਬਣਾ ਲੈਂਦੀ ਹੈ। ਜੇ ਰੇਲਵੇ ਤੁਹਾਡਾ ਹੈਗਾ ਜੇ ਕੱਲ੍ਹ ਨੂੰ ਕੋਈ ਏਵੀਏਸ਼ਨ ਵੀ ਤੁਹਾਡਾ ਤੁਸੀਂ ਆਦਮਪੁਰ ਵਾਲੇ ਏਅਰਪੋਰਟ ਦਾ ਵੀ ਇੱਦਾਂ ਉਦਘਾਟਨ ਕਰਤਾ ਜਿਹੜੀਆਂ ਉਹਦੇ ਨੂੰ ਸੜਕਾਂ ਲੱਗਣਗੀਆਂ ਉੱਥੇ ਟਰਮੀਨਲ ਬਣੂਗਾ ਉਹਦੇ ਪੈਸੇ ਤਾਂ ਪੰਜਾਬ ਗੌਰਮੈਂਟ ਦੇ ਰਹੀ ਹੈ। ਇਹਦੇ 'ਚ ਕੀ ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਹਜੇ ਵੀ ਮਤਲਬ ਕੋਈ ਨਾਮ ਦੀ ਇੱਛਾ ਹੈ ਕਿ ਮੇਰਾ ਨਾਮ ਹੋਵੇ ਮੇਰੀਆਂ ਫੋਟੋਆਂ ਛਾਪਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਾਜ੍ਯ ਕੇ ਵਿਕਾਸ ਕੋ ਦਿਖਾਨੇ ਵਾਲੇ ਸਮਾਗਮੋਂ ਮੇਂ ਇਸ ਤਰ੍ਹਾਂ ਕੇ ਰਾਜਨੀਤੀਕਰਨ ਸੇ ਬਚਨਾ ਚਾਹੀਏ ਕਿਉਂਕਿ ਇਹ ਦੇਸ਼ ਕੇ ਹਿੱਤ ਮੇਂ ਨਹੀਂ ਹੈ। ਨਾਲੇ ਤਾਂ ਕਹਿੰਦੇ ਹੋ ਕਿ ਸਾਡੀਆਂ ਗਰੰਟੀਆਂ ਨੇ ਸਾਡਾ ਚੱਲਦਾ ਹੈ, ਸਾਨੂੰ ਤਾਂ ਜਿੱਥੇ ਮਰਜ਼ੀ ਜਿਹੜਾ ਅਸੀਂ ਚਲੇ ਜਾਈਏ ਅਤੇ ਸਾਡੀ ਗਰੰਟੀ ਚੱਲ ਜਾਂਦੀ ਹੈ। ਅਤੇ ਨਾਲੇ ਕਹਿੰਦੇ ਕਿ ਤੁਸੀਂ ਪੰਜਾਬ ਸਰਕਾਰ ਜੇ ਕੋਈ ਨੁਮਾਇੰਦਾ ਜਾ ਕੇ ਉੱਥੇ ਬੋਲ ਲਏ ਤਾਂ ਉੱਥੇ ਵਿਰੋਧ ਹੁੰਦਾ। ਅਸ਼ਵਨੀ ਜੀ ਬਠਿੰਡੇ ਹੋਇਆ ਵਿਰੋਧ, ਬਠਿੰਡੇ ਵਿਰੋਧ ਹੋਇਆ ਜਦੋਂ ਅਕਾਲੀ ਦਲ ਦੇ ਨੁਮਾਇੰਦੇ ਬੋਲਣ ਲੱਗੇ ਉੱਥੇ ਮੋਦੀ। ਮਤਲਬ ਇਹ ਇਸ ਕਿਸਮ ਦੀਆਂ ਵਿਕਾਸ ਦੇ ਕੰਮਾਂ 'ਚ ਜੇ ਆਪਾਂ ਨਾ ਰਾਜਨੀਤੀ ਵਾੜੀਏ ਤਾਂ ਮੇਰੇ ਖਿਆਲ 'ਚ ਵਧੀਆ ਰਹੂਗਾ। ਅਸੀਂ ਵੀ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ ਜਾਂ ਹੋਮ ਮਿਨਿਸਟਰ ਸਾਹਿਬ ਜਦੋਂ ਇੱਥੇ ਪੰਜਾਬ 'ਚ ਆਉਂਦੇ ਨੇ ਅਸੀਂ ਅੱਖਾਂ ਵਿਛਾ ਕੇ ਵੈਲਕਮ ਕਰਦੇ ਹਾਂ ਕਿਉਂਕਿ ਸਾਡਾ ਫਰਜ਼ ਬਣਦਾ। ਅਸੀਂ ਮੇਜ਼ਬਾਨ ਹਾਂ ਜਿਹਦੀ ਜਿੰਨੇ ਵੀ ਫੰਕਸ਼ਨ ਕਰਦੇ, ਬਲਕਿ ਮੈਂ ਮੰਗ ਕੇ ਲੈ ਕੇ ਆਉਣਾ ਉੱਥੋਂ ਫੰਕਸ਼ਨ ਕਿ G20 ਸਾਨੂੰ ਦੇ ਦਿਓ ਜੀ, 2 G20 ਮਿਲੇ ਸਾਨੂੰ, ਨੌਰਥ ਜ਼ੋਨ ਕੌਂਸਲ ਦੀ ਮੀਟਿੰਗ ਸਾਡੇ ਇੱਥੇ ਅੰਮ੍ਰਿਤਸਰ ਸਾਹਿਬ ਕਰੋ ਜੀ, ਇੱਥੇ ਆਓ ਅਸੀਂ ਬੁਲਾਵਾਂਗੇ ਸਾਰਿਆਂ ਨੂੰ ਹੋਸਟ ਕਰਾਂਗੇ। ਸੋ ਮੈਨੂੰ ਲੱਗਦਾ ਨਹੀਂ ਕਿ ਇਹੋ ਜਿਹੇ ਕੰਮਾਂ ਦੇ ਵਿੱਚ ਇਸ ਤਰ੍ਹਾਂ ਦੀ ਕਿ ਸੱਦੇ ਪੱਤਰ 'ਤੇ ਨਾਮ ਜਿਹੜਾ ਉਹ ਕਿਸੇ ਦਾ ਥੱਲੇ ਲਿਖਤਾ ਉਹਦੇ ਨਾਲ, ਸਾਨੂੰ ਇਹਦੇ ਨਾਲ ਕੋਈ ਗੁੱਸਾ ਨਹੀਂ। ਨਾਮ ਲਿਖੋ ਨਾ ਲਿਖੋ ਪਰ ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਵੀ ਉਹਦਾ ਹਿੱਸੇਦਾਰ ਬਣਾਉਣਾ ਚਾਹੀਦਾ। ਪਟਿਆਲੇ ਇੱਕ
ਵਪਾਰੀ ਨੇ ਕਿਹਾ ਕਿ ਸਾਡੇ 66 KV ਦਾ ਗ੍ਰਿਡ ਜਿਹੜਾ ਜੇ ਉਹ ਹੋ ਜਾਵੇ ਤਾਂ ਸਾਨੂੰ ਬਿਜਲੀ ਦੂਰੋਂ ਆਉਂਦੀ ਹੈ, ਤਾਰਾਂ ਦੂਰੋਂ ਪੈਂਦੀਆਂ ਨੇ। ਤਾਂ ਅਸੀਂ ਮੌਕੇ 'ਤੇ ਹੀ CMD PSPCL ਨੂੰ ਬੁਲਾ ਕੇ ਪੁੱਛਿਆ ਕਿੰਨਾ ਖਰਚਾ ਹੈ। ਅਸੀਂ ਕਿਹਾ ਵੀ ਇਹਦਾ ਅਨੁਮਾਨ, ਉਹ ਕਹਿੰਦੇ ਜੀ ਲੱਗਿਆ ਹੋਇਆ ਪਹਿਲਾਂ ਹੀ ਹੈ ਅਤੇ 6 ਮਹੀਨਿਆਂ 'ਚ ਆਉਣ ਵਾਲਿਆਂ 'ਚ ਤਿਆਰ ਹੋ ਜੂਗਾ। ਅਸੀਂ ਕਿਹਾ ਵੀ ਜਦੋਂ ਥਰਮਲ ਪਲਾਂਟ ਖਰੀਦੀ ਜਾਂਦੇ ਹਾਂ, ਬਿਜਲੀ ਆਪਣੇ ਕੋਲ ਹੈਗੀ, ਕਹਾਂ ਹੁਣ ਉਹਨੂੰ ਵਰਤਣ ਵਾਸਤੇ ਗ੍ਰਿਡ ਵੀ ਤਾਂ ਚਾਹੀਦੇ ਨੇ। ਸੋ ਗ੍ਰਿਡ ਵੀ ਬਣਾ ਰਹੇ ਹਾਂ, ਨਵੇਂ ਟਰਾਂਸਫਾਰਮਰ ਵੀ ਲੱਗ ਰਹੇ ਨੇ, ਕਿਉਂਕਿ ਜੇ ਆਪਣੇ ਕੋਲ ਕੋਈ ਕਿਸੇ ਮਾਲ ਦੀ ਬਹੁਤ ਆਤ ਹੈ ਉਹਨੂੰ ਵੰਡਣ ਵਾਸਤੇ ਫਿਰ ਅੱਗੇ ਇਨਫਰਾਸਟਰਕਚਰ ਵੀ ਚਾਹੀਦਾ। ਸੋ ਮੈਂ ਇਸ ਗੱਲੋਂ ਧੰਨਵਾਦੀ ਵੀ ਹਾਂ ਕਿ ਵਿਧਾਨ ਸਭਾ ਦੇ ਵਿੱਚ ਕੁਐਸਚਨ ਆਵਰ, ਜ਼ੀਰੋ ਆਵਰ ਔਰ ਕੱਟ ਮੋਸ਼ਨ, ਔਰ ਚਲੋ ਪਹਿਲੇ 1-2 ਦਿਨ ਰੌਲਾ ਪਿਆ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਮੇ ਆਪਣੀ ਸਰਕਾਰ ਚੁਣਨੇ ਵਾਲੇ 3 ਕਰੋੜ ਲੋਕੋ ਕੇ ਜਨਾਦੇਸ਼ ਕਾ ਘੋਰ ਅਪਮਾਨ ਕਰ ਰਹੀ ਹੈ।